ਦੋਸਤੋ ਹਰ ਖੇਤਰ ਦੇ ਆਪੋ ਆਪਣੇ ਸ਼ਹੀਦ ਹੁੰਦੇ ਹਨ ਅੱਜ ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਦੇ ਜੀਵਨ ਉੱਪਰ ਆਧਾਰਿਤ ਕਿਵੇਂ ਸ਼ੌਹਰਤ ਦੀ ਪੌੜੀ ਦਾ ਖਿਤਾਬ ਜਿੱਤਿਆ ਅਤੇ ਅੱਜ ਸਾਡੇ ਸਾਰਿਆਂ ਦੇ ਦਿਲ ਦੀ ਧੜਕਣ ਬਣੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਆਓ ਸੁਣਦੇ ਹਾਂ ਸ਼ੌਹਰਤ ਦੀ ਪੌੜੀ ਪਹਿਲੇ ਹੀ ਏਪੀ ਨਾਲ ਅਮਰ ਸਿੰਘ ਚਮਕੀਲੇ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਤਹਿਲਕਾ ਮਚਾ ਦਿੱਤਾ ਸੀ ਕਲਾਕਾਰਾਂ ਨੇ ਇਸ ਵੱਲ ਕੋਈ ਬਹੁਤੀ ਤਵੱਜੋ ਨਾ ਦਿੱਤੀ ਜਾਂ ਕਹਿ ਲਓ ਉਹ ਧਿਆਨ ਦੇਣਾ ਨਹੀਂ ਸੀ ਚਾਹੁੰਦੇ ਇਸ ਵੇਲੇ ਸਥਾਪਿਤ ਕਲਾਕਾਰਾਂ ਨੂੰ ਚਮਕੀਲੇ ਤੋਂ ਕੋਈ ਬਹੁਤਾ ਖਤਰਾ ਮਹਿਸੂਸ ਨਹੀਂ ਸੀ ਹੋਇਆ ਚਮਕੀਲੇ ਅਤੇ ਸੁਰਿੰਦਰ ਸੋਨੀਆ ਕੋਲ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਸੀ ਚਮਕੀਲੇ ਦੇ ਗੀਤ ਹਰ ਤਰਫ ਵੱਜਣ ਲੱਗ ਗਏ ਸਨ HMV ਵਾਲਿਆਂ ਨੇ ਤੇਜ਼ੀ ਨਾਲ ਚਮਕੀਲੇ ਦੇ ਗੀਤ ਵਿਕਦੇ ਦੇਖੇ ਤਾਂ ਉਹਨਾਂ ਨੇ ਚਮਕੀਲੇ ਨੂੰ ਘੱਟੋ ਘੱਟ 20 ਗੀਤ ਹੋਰ ਤਿਆਰ ਕਰਨ ਲਈ ਕਹਿ ਦਿੱਤਾ ਸੀ ਚਮਕੀਲੇ ਦੇ ਅਤੇ ਸੋਨੀਆ ਨੂੰ ਪ੍ਰੋਗਰਾਮਾਂ ਤੋਂ ਵੇਲ ਨਹੀਂ ਸੀ ਮਿਲਦਾ ਰਿਕਾਰਡਿੰਗ ਲਈ ਤਾਂ ਸੋਚਣ ਦਾ ਵੀ ਉਹਨਾਂ ਕੋਲ ਵਕਤ ਹੀ ਨਹੀਂ ਸੀ ਹੁੰਦਾ ਲੇਕਿਨ ਚਮਕੀਲੇ ਨੇ ਪ੍ਰੋਗਰਾਮਾਂ ਨਾਲੋਂ ਰਿਕਾਰਡਿੰਗ ਕਰਨ ਨੂੰ ਤਰਜੀਹ ਦਿੱਤੀ ਅਤੇ ਉਸਨੇ ਸੋਨੀਆ ਨੂੰ ਵੀ ਇਸ ਪਾਸੇ ਵੱਲ ਤਵੱਜੋ ਦੇਣ ਲਈ ਕਿਹਾ ਸੀ ਫੁਰਸਤ ਕੱਢ ਕੇ ਚਮਕੀਲੇ ਨੇ ਸੋਨੀਆ ਨਾਲ 4 ਗੀਤ ਹੋਰ ਤਿਆਰ ਕੀਤੇ ਸਨ ਇੱਕ ਕੁੜਤੀ 7 ਰੰਗ ਦੀ ਬਾਪੂ ਸਾਡਾ ਗੁੰਮ ਹੋ ਗਿਆ ਠੇਕੇ 'ਤੇ ਘਰ ਪਾ ਲੈਣਾ ਅਤੇ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ ਬਾਪੂ ਸਾਡਾ ਗੁੰਮ ਹੋ ਗਿਆ ਗੀਤ ਦੀ ਤਿਆਰੀ ਕਰਦਿਆਂ ਸੋਨੀਆ ਨੇ ਝੱਕਦਿਆਂ ਚਮਕੀਲੇ ਨੂੰ ਕਿਹਾ ਸੀ ਇਸ ਗੀਤ ਦੀਆਂ ਲਾਈਨਾਂ ਥੋੜ੍ਹੀਆਂ ਠੰਡੀਆਂ ਕਰ ਲੈ ਲੋਕਾਂ ਨੂੰ ਹਜਮ ਹੋਜੂ ਚਮਕੀਲਾ ਝੱਟ ਬੋਲ ਪਿਆ ਸੀ ਸਾਡੇ ਪਿੰਡਾਂ ਵਿੱਚ ਇਹੋ ਜਿਹਾ ਕੁਝ ਹੀ ਚੱਲਦਾ ਲੋਕਾਂ ਨੇ ਤਾਂ ਡਕਾਰ ਵੀ ਨਹੀਂ ਮਾਰਨਾ ਸੋਨੀਆ ਚੁੱਪ ਕਰ ਗਈ ਸੀ ਸੋਨੀਆ ਨੂੰ ਆਟੇ ਵਾਂਗੂ ਗੁੰਨ ਅਤੇ ਬਗਾਨੇ ਪੁੱਤ ਨੇ ਵਾਲੇ ਗੀਤ ਤੋਂ ਵੀ ਝਿਕਾਟ ਸੀ ਲੇਕਿਨ ਉਸ ਬਾਰੇ ਉਸਨੇ ਚਮਕੀਲੇ ਨੂੰ ਕੁਝ ਨਹੀਂ ਸੀ ਕਿਹਾ ਜਦੋਂ ਰਿਕਾਰਡਿੰਗ ਕਰਵਾਉਣ ਗਏ ਤਾਂ ਸੋਨੀਆ ਬਹਾਨੇ ਨਾਲ ਜ਼ਹਿਰ ਅਹਿਮਦ ਨੂੰ ਪਾਸੇ 'ਤੇ ਲਿਜਾ ਕੇ ਕਹਿੰਦੀ ਜ਼ਹਿਰ ਸਾਹਿਬ ਇਹ ਆਟੇ ਵਾਂਗੂ ਗੁੰਨਤੀ ਵਾਲਾ ਗੀਤ ਨਹੀਂ ਚੱਲਣਾ ਤੁਸੀਂ ਇਹ ਰਿਕਾਰਡ ਨਾ ਕਰੋ ਜਵਾਬ ਦੇ ਦਿਓ ਜ਼ੈਦ ਅਹਿਮਦ ਹੱਸ ਪਿਆ ਸੀ ਮੈਡਮ ਮੈਂ ਆਪਣੀ ਸਾਰੀ ਉਮਰ ਇਸੇ ਇੰਡਸਟਰੀ ਵਿੱਚ ਗਾਲੀ ਹੈ ਮੈਨੂੰ ਪਤਾ ਹੈ ਗੀਤ ਇਹੀ ਚੱਲਣਾ ਹੈ ਅਤੇ ਸਭ ਤੋਂ ਪਹਿਲਾਂ ਰਿਕਾਰਡ ਹੀ ਇਹ ਕਰਨਾ ਹੈ ਤੁਸੀਂ ਬੇਫਿਕਰ ਹੋ ਕੇ ਰਿਕਾਰਡ ਕਰਵਾ ਦਿਓ ਗੀਤ ਵਿੱਚ ਕੋਈ ਖਰਾਬੀ ਨਹੀਂ ਹੈ ਇੱਕ ਸੱਜ ਵਿਆਹੀ ਆਪਣੇ ਪੁਰਾਣੇ ਆਸ਼ਕ ਨੂੰ ਅਸਿੱਧੇ ਤੌਰ 'ਤੇ ਮਗਰੋਂ ਲਾਉਣ ਲਈ ਦੱਸ ਰਹੀ ਹੈ ਕਿ ਉਹ ਆਪਣੇ ਸਹੁਰੇ ਘਰ ਖੁਸ਼ ਹੈ ਸਰਦੇ ਪੁੱਜਦੇ ਜ਼ਿਮੀਂਦਾਰਾਂ ਦੀਆਂ ਸੁਹਾਣੀਆਂ ਸਾਰਾ ਦਿਨ ਕੰਮ ਧੰਦੇ ਵਿੱਚ ਰੁੱਝੀਆਂ ਰਹਿਣ ਵਾਲੀਆਂ ਮਧੋਲੀਆਂ ਪਾਈਆਂ ਹੁੰਦੀਆਂ ਹਨ ਉਹਨਾਂ ਦੀਆਂ ਹਾਲਤ ਨੂੰ ਆਟੇ ਵਾਂਗ ਗੁੰਨਣ ਨਾਲ ਤਸ਼ੀਹ ਦਿੱਤੀ ਗਈ ਹੈ ਕੀ ਮਾੜਾ ਹੈ ਇਸ ਵਿੱਚ ਕੰਪਨੀ ਨੇ ਜਦੋਂ ਇਹ ਗੀਤ ਜਾਰੀ ਕੀਤੇ ਤਾਂ ਆਉਂਦਿਆਂ ਹੀ ਚਾਰੇ ਦੇ ਚਾਰੇ ਗੀਤ ਹਿੱਟ ਹੋ ਗਏ ਸਨ ਚਮਕੀਲੇ ਅਤੇ ਸੋਨੀਆ ਪ੍ਰੋਗਰਾਮ ਵਿੱਚ ਹੋਰ ਮਸ਼ਰੂਫ ਰਹਿਣ ਲੱਗ ਪਏ ਸਨ ਇਸ ਰਿਕਾਰਡਿੰਗ ਨਾਲ ਚਮਕੀਲਾ ਸ਼ੌਹਰਤ ਦੀ ਪੌੜੀ ਦਾ ਇੱਕ ਟੰਬਾ ਹੋਰ ਉੱਪਰ ਚੜ੍ਹ ਗਿਆ ਸੀ ਸਨ ਦੋਸਤੋ ਇਹ ਸੀ ਅਸਲੀ ਸੱਚ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਨਾਮ ਬਣਨ ਦਾ ਦੋਸਤੋ ਇਹ ਕਿੱਸਾ ਮੈਂ ਕਿਤਾਬ 'ਚੋਂ ਪੜ੍ਹ ਕੇ ਸੁਣਾਇਆ ਹੈ ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਗਾਇਕੀ ਬਾਰੇ ਤਮਾਮ ਸ਼ਖਸੀਅਤਾਂ ਬਾਰੇ ਜਾਣੂ ਕਰਵਾਉਂਦੇ ਰਹਾਂਗੇ ਬਣੇ ਰਹੋ ਸਾਡਾ ਪੰਜਾਬੀ ਵਿਰਸਾ ਚੈਨਲ ਦੇ ਨਾਲ ਅਤੇ ਜਲਦ ਅਗਲੀ ਵੀਡੀਓ ਤੁਹਾਡੇ ਰੂਬਰੂ ਕਰਾਂਗੇ ਧੰਨਵਾਦ ਦੋਸਤੋ ਬੀਬਾ ਅਮਰਜੋਤ ਦੇ ਜੀਵਨ ਬਾਰੇ ਜਾਣੂ ਕਰਵਾਇਆ ਹੈ ਗੀਤਕਾਰ ਸਵਰਨ ਸੀਵੀਆ ਨੇ ਅਮਰਜੋਤ ਦੇ ਆਖਰੀ ਬੋਲ ਕਿਤਾਬ ਦੁਆਰਾ ਜਿਸ ਨੂੰ ਸ਼ਮਸ਼ੇਰ ਸਿੰਘ ਸੋਹੀ ਵੱਲੋਂ ਲਿਖਿਆ ਗਿਆ ਹੈ ਕਿਤਾਬ 'ਚ ਕੀ ਲਿਖਿਆ ਹੈ ਜਾਣਦੇ ਬੀਬਾ ਅਮਰਜੋਤ ਦਾ ਜਨਮ ਪੁਰਾਣੇ ਰਿਆਸਤੀ ਸ਼ਹਿਰ ਫਰੀਦਕੋਟ ਵਿੱਚ ਹੋਇਆ ਇਹਨਾਂ ਦੇ ਮਾਤਾ ਜੀ ਸ਼੍ਰੀ ਗੁਰਚਰਨ ਸਿੰਘ ਅਤੇ ਮਾਤਾ ਜੀ ਸ਼੍ਰੀਮਤੀ ਰਾਜਬੰਸ ਕੌਰ ਸਨ ਸੰਗੀਤ ਦੀ ਚਿਣਕਤਾ ਬੀਬਾ ਅਮਰਜੋਤ ਦੀਆਂ ਦੂਸਰੀਆਂ ਦੋ ਭੈਣਾਂ ਇੰਦਰਜੀਤ ਕੌਰ ਅਤੇ ਜਸਵੰਤ ਕੌਰ ਨੂੰ ਵੀ ਸੀ ਪਰ ਗੁਰਬਾਣੀ ਦੇ ਮਹਾਂਕਥਨ ਸਾਹਿਬ ਪਥ ਵਡਿਆਈਆਂ ਜਿਸ ਪਾਵੇ ਤਿਸ ਦੇਹੀ ਦੇ ਅਨੁਸਾਰ ਸ਼ੌਹਰਤ ਅਮਰਜੋਤ ਦੇ ਭਾਗੀ ਲਿਖੀ ਹੋਈ ਸੀ ਅਮਰਜੋਤ ਆਪਣੇ ਸਕੂਲ ਪੱਧਰ ਤੱਕ ਦੀ ਜ਼ਿੰਦਗੀ ਵਿੱਚ ਸੰਗੀਤਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ ਅਤੇ ਡਿਸਕਸ ਥਰੋ ਇਵੈਂਟ ਦੀ ਵੀ ਸਿਰ ਕੱਢ ਖਿਡਾਰਨ ਸੀ ਉਹ ਵਾਲੀਬਾਲ ਦੀ ਵੀ ਵਧੀਆ ਖਿਡਾਰਨ ਸੀ ਅਤੇ ਦੌੜਾਂ ਵਿੱਚ ਵੀ ਹਿੱਸਾ ਲੈਂਦੀ ਸੀ ਗੋਰਾ ਰੰਗ ਮੋਟੀ ਅੱਖ ਤਿੱਖਾ ਨੱਕ ਅਤੇ ਗੁਲਾਬੀ ਪੱਤੀਆਂ ਵਰਗੇ ਬੁੱਲਾਂ ਦੀ ਮਲਿਕਾ 66ਵੇਂ ਸਰੀਰ ਦੀ ਸੋਹਣੀ ਸੁਨੱਖੀ ਮੁਟਿਆਰ ਦਾ ਗਾਇਕੀ ਦਾ ਸਫ਼ਰ ਪਿਆਰਾ ਸਿੰਘ ਪੰਛੀ ਤੋਂ ਸ਼ੁਰੂ ਹੋਇਆ ਪਿਆਰਾ ਸਿੰਘ ਪੰਛੀ ਉਹ ਗਵੱਈਆ ਹੈ ਜਿਸਨੇ ਆਪਣੀ ਸਾਰੀ ਜ਼ਿੰਦਗੀ ਗੁਰਬਤ ਵਿੱਚ ਹੀ ਗੁਜ਼ਾਰੀ ਹੈ ਪਰ ਜਿਹੜੀ ਕਲਾਕਾਰ ਉਹਦੇ ਖੇਮੇ ਵਿੱਚ ਆ ਗਈ ਉਹ ਤਰੂ ਤਾਰੇ ਵਾਂਗੂ ਚਮਕੀ ਬੀਬਾ ਰਣਜੀਤ ਕੌਰ
ਅਤੇ ਅਮਰ ਨੂਰੀ ਵੀ ਪੰਛੀ ਨਾਲ ਗਾ ਚੁੱਕੀਆਂ ਹਨ। ਅਮਰਜੋਤ ਨੇ ਪਿਆਰਾ ਸਿੰਘ ਪੰਛੀ ਨਾਲ ਦੋ ਗੀਤ ਅੱਜ ਪਰਚਾ ਸਾਇੰਸ ਦਾ ਅਤੇ ਸੁੱਤੀ ਨਾ ਜਗਾਈਏ ਮੁਕਲਾਵੇ ਆਈ ਨੂੰ ਰਿਕਾਰਡ ਕਰਵਾਏ ਸਨ। ਉਸ ਤੋਂ ਬਾਅਦ ਅਮਰਜੋਤ ਨੂੰ ਉਸਦੇ ਪਿਤਾ ਜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਖੇਮੇ ਵਿੱਚ ਲੈ ਆਏ। ਕੁਲਦੀਪ ਮਾਣਕ ਸਾਹਿਬ ਨੇ ਇੱਕ LP ਰਿਕਾਰਡ ਦੋ ਗਾਣਿਆਂ ਦਾ ਕੱਢਿਆ ਸੀ, ਸੁਰਿੰਦਰ ਸੀਮਾ ਅਤੇ ਅਮਰਜੋਤ ਨਾਲ। ਮਾਣਕ ਸਾਹਿਬ ਨਾਲ ਗਾਏ ਅਮਰਜੋਤ ਦੇ ਦੋ ਗਾਣੇ ਆ, ਲੈ ਗਿਆ ਮੇਰੀ ਜਿੰਦ ਕੱਢ ਕੇ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇ ਹੋਵੇ ਪਿੰਡੋ ਬਾਹਰ ਸ਼ੋਬਾਰਾ, ਅਤੇ ਜਾਗੋ ਛੜਿਓ ਵਿਆਹ ਕਰਵਾ ਲਓ ਨਾਲ ਅਮਰਜੋਤ ਮੂਲਿਕ ਤਾਰ ਦੀਆਂ ਸਿੰਗਰਾਂ ਵਿੱਚ ਆ ਖੜੀ ਹੋਈ। ਮਾਣਕ ਸਾਹਿਬ ਲੇਡੀ ਗਾਇਕਾ ਦੇ ਜ਼ਿਆਦਾ ਮਨਸਰ ਨਹੀਂ ਸਨ ਕਰਦੇ, ਇਸ ਕਰਕੇ ਰੂਪ ਦੇ ਸ਼ਿਕਾਰੀ ਗਵੰਤਰੀਆਂ ਨੇ ਮਾਣਕ ਸਾਹਿਬ ਦੇ ਘਰ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਇਹ ਗੁਣਾਂ ਦੇ ਗੁਥਲੀ ਕੁੜੀ ਉਹਨਾਂ ਦੀ ਝੋਲੀ ਵਿੱਚ ਆ ਪਵੇ। ਸਾਰਿਆਂ ਤੋਂ ਮੋਹਰੀ ਸੀ ਕਰਤਾਰ ਰਮਲਾ, ਜਿਸਦਾ ਸੁਖਵੰਤ ਸਿੰਘ ਨਾਲ ਵਧੀਆ ਤੋਰੀ ਫੁਲਕਾ ਚੱਲਦਾ ਰਿਹਾ, ਪਰ ਮਾਣਕ ਸਾਹਿਬ ਦਿਮਾਗ ਦੇ ਬੜੇ ਕਾਢੀ ਇਨਸਾਨ ਸਨ। ਉਹ ਇੱਕ ਤੀਰ ਨਾਲ ਦੋ ਸ਼ਿਕਾਰ ਮਾਰਨੇ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ, ਕਰਤਾਰ ਰਮਲਾ ਤੇ ਸੁਖਵੰਤ ਸੁੱਕੀ ਦੇ ਬਰਾਬਰ ਕੋਈ ਤੰਤਰ ਜੋੜੀ ਖੜੀ ਕੀਤੀ ਜਾਵੇ। ਬਿਨਾਂ ਸ਼ੱਕ ਅਮਰ ਸਿੰਘ ਚਮਕੀਲੇ ਨੂੰ ਸੁਰਿੰਦਰ ਸ਼ਿੰਦਾ ਦਾ ਸ਼ਗਿਰਦ ਮੰਨਿਆ ਜਾਂਦਾ ਹੈ, ਪਰ ਅਮਰ ਸਿੰਘ ਚਮਕੀਲੇ ਨੂੰ ਗਾਇਕੀ ਦੇ ਕਾਫੀ ਦਾਅ ਪੇਚ ਮਾਣਕ ਸਾਹਿਬ ਨੇ ਵੀ ਸਿਖਾਏ ਹਨ। ਆਪਣੀ ਸ਼ੇਰ ਵਰਗੀ ਬੇਸ ਵਾਲੀ ਦਮਦਾਰ ਆਵਾਜ਼ ਨੂੰ ਤਾਰ ਸਪਤਕ ਤੱਕ ਲੈ ਕੇ ਜਾਣ ਦਾ ਗੁਰਮਤ ਅਮਰ ਸਿੰਘ ਚਮਕੀਲੇ ਨੂੰ ਮਾਣਕ ਸਾਹਿਬ ਨੇ ਹੀ ਬਖਸ਼ਿਆ ਹੈ। ਬਾਣੀ ਦਾ ਫਰਮਾਨ ਹੈ ਕਿ ਨਾਨਕ ਸਤਿਗੁਰੂ ਤਿੰਨਾ ਮਿਲਾਇਆ, ਜਿੰਨਾ ਧਰੇ ਪਾਇਆ ਸੰਜੋਗ। ਦਰਿੰਦਰ ਸੋਨੀਆ ਅਮਰ ਸਿੰਘ ਚਮਕੀਲੇ ਨਾਲ 1000 ਵਿੱਚ ਆਪਣੇ ਪਤੀ ਕਸ਼ਮੀਰੀ ਲਾਲ ਦੇ ਜ਼ਰੀਏ ਪ੍ਰੋਗਰਾਮ ਆਪ ਬੁੱਕ ਕਰਦੀ ਸੀ, ਜਿਸ ਵਿੱਚ ਅਮਰ ਸਿੰਘ ਚਮਕੀਲੇ ਨੂੰ ਸਿਰਫ 200 ਰੁਪਏ ਮਿਹਨਤਾਨਾ ਮਿਲਦਾ ਸੀ। ਅਮਰ ਸਿੰਘ ਚਮਕੀਲਾ ਜਿੱਦ ਕਰ ਰਿਹਾ ਸੀ ਕਿ ਹਿੱਸਾ ਬਰਾਬਰ ਬਰਾਬਰ ਕਰੋ। ਸੋਨੀਆ ਸਹਿਮਤ ਨਾ ਹੋਈ। ਇਸ ਘਰੇਲੂ ਝਗੜੇ ਦੀ ਕਨਸੋਇਆ ਮਾਣਕ ਸਾਹਿਬ ਤੱਕ ਪਹੁੰਚ ਗਈ। ਮਾਣਕ ਸਾਹਿਬ ਨੇ ਚਮਕੀਲੇ ਨੂੰ ਆਪਣੇ ਕੋਲ ਬੁਲਾਇਆ ਤੇ ਇਹ ਹੀਰਾ ਗਾਇਕ ਬੀਬਾ ਅਮਰਜੋਤ ਅਮਰ ਸਿੰਘ ਚਮਕੀਲੇ ਦੇ ਹਵਾਲੇ ਕਰ ਦਿੱਤੀ। ਸੋ ਇਹ ਸਨ ਬੋਲ ਗੀਤਕਾਰ ਸਵਰਨ ਸੀਵੀਆ ਦੇ। ਉਹਨਾਂ ਨੇ ਆਪਣੇ ਭਾਵ ਅਮਰਜੋਤ ਦੇ ਆਖਰੀ ਬੋਲ ਵਿੱਚ ਲਿਖੇ, ਜਿਸ ਦਾ ਸੰਪਾਦਕ ਸ਼ਮਸ਼ੇਰ ਸਿੰਘ ਸੋਈ ਹੈ। ਪਰ ਉਹਨਾਂ ਨੂੰ ਸਵੇਰ ਦਾ ਕਿਸੇ ਕਲਾਕਾਰ ਨੇ ਯਾਦ ਨਹੀਂ ਕੀਤਾ। ਇਹਨਾਂ ਨੇ ਚਮਕੀਲੇ ਤੋਂ ਮੂਹਰੇ ਹੋ ਕੇ ਮਹਿਲਾ ਗੋਲੀਆਂ ਇੱਕ ਦੇ ਵਿੱਚ ਖਾਧੀਆਂ। ਬਹੁਤ ਤੁਹਾਡੀ ਸੇਵਾ ਪੇਸ਼ ਕਰ ਤੇਰੇ ਦਲ ਕੀ ਸ਼ਾਨ ਹੈ ਪੰਡਾ ਵਿੱਚ ਜੱਟ ਤੁਮਾ ਪਾਇਆ।